ਤੇਜ਼ ਰਫ਼ਤਾਰ ਟਰੱਕ ਨੇ ਕੁਚਲੇ ਦੋ ਵਿਅਕਤੀ, ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖਮੀ। ਟਰੱਕ ਡਰਾਈਵਰ ਮੌਕੇ ਤੋਂ ਹੋਇਆ ਫਰਾਰ। ਜਲੰਧਰ ਦੇ ਸੋਫੀ ਪਿੰਡ ਦੇ ਨਾਲ ਲੱਗਦੇ ਕੈਂਟ ਕਾਉਂਟੀ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ। ਇਹਨਾਂ 'ਚੋਂ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਏ। ਫਿਲਹਾਲ ਮ੍ਰਿਤਕ ਦੀ ਪਛਾਣ ਪੱਪੂ ਯਾਦਵ ਵਾਸੀ ਖੁਸਰੋਪੁਰ ਵਜੋਂ ਹੋਈ ਏ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ। ਜਦੋਂ ਸਾਈਕਲ 'ਤੇ ਜਾ ਰਹੇ ਦੋ ਨੌਜਵਾਨ ਕੈਂਟ ਕਾਉਂਟੀ ਨੇੜੇ ਪਹੁੰਚੇ ਤਾਂ ਇੱਕ ਓਵਰ ਸਪੀਡ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ 'ਚ ਟਰੱਕ ਦਾ ਟਾਇਰ ਇੱਕ ਵਿਅਕਤੀ ਦੇ ਸਰੀਰ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਤੋਂ ਬਾਅਦ ਸਾਈਕਲ ਸਵਾਰ ਦੂਸਰਾ ਵਿਅਕਤੀ ਵੀ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਨੂੰ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਜ਼ਖਮੀ ਨੂੰ ਚੁੱਕ ਕੇ ਨੇੜੇ ਦੇ ਨਿੱਜੀ ਹਸਪਤਾਲ ਪਹੁੰਚਾਇਆ, ਪਰ ਜ਼ਖਮੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਅਗਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਟੀਮ ਨੇ ਮੌਕੇ 'ਤੇ ਪਈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਏ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਏ। ਕੀ ਗੱਲਬਾਤ ਹੋਈ ਜਿਹੜਾ ਮੁੰਡੇ ਤੁਹਾਡਾ ਬ੍ਰਦਰ ਮਰਿਆ? ਕਹਾਂ ਸੇ ਆ ਰਹਾ ਥਾ? ਕੈਸੇ ਐਕਸੀਡੈਂਟ ਹੋਇਆ, ਪਤਾ ਲੱਗਾ ਕੁਛ? ਅੱਗੇ ਪਿੱਛੇ ਛੁੱਟੀ ਹੋਇਆ, ਸਭ ਅੱਗੇ ਪਿੱਛੇ ਹੀ ਆ ਰਹਾ ਥਾ, ਰਾਸਤੇ ਸੇ ਜਾ ਰਹਾ ਥਾ, ਦੇਖੇ ਗਾੜੀ ਬਿਲਕੁਲ ਖੇਤ ਮੇਂ ਜਾ ਰਹੀ ਥੀ। ਤੋ ਪੁਲਿਸ ਪ੍ਰਸ਼ਾਸਨ ਸੇ ਕਿਆ ਮੰਗ ਕਰਨੇ ਜਾਤੇ ਹੋ? ਪੁਲਿਸ ਸੇ ਜੋ ਇਸਕਾ ਨਿਆਂ ਕਰੇਗਾ ਜੀ, ਹਮ ਸਭ ਹੋਗਾ ਨਾ। ਤੋ ਟਰੱਕ ਡਰਾਈਵਰ ਜਿਹੜਾ ਹੈਗਾ ਉਹ ਕਹਾਂ ਪਏ ਹੈ ਇਸ ਟਾਈਮ? ਉਹ ਆ ਗਿਆ ਗਾੜੀ ਨੂੰ ਫਰਾਰ। ਤੋ ਆਪਕਾ ਨਾਮ ਕਿਆ ਹੈ? ਮੇਰਾ ਨਾਮ ਬੱਬੂ। ਇਹ ਕਹਾਂ ਰਹਤੇ ਥੇ? ਕਹਾਂ ਰਹਤੇ ਥੇ? ਇਹ ਅਤਰ ਸਿੰਘ ਕਲੋਨੀ ਮੇਂ ਰਹਤੇ। ਤੋ ਕਿਤਨੇ ਬੱਚੇ ਹੈ ਇਸਕੇ? ਕਿਤਨੇ ਦੇਰ ਹੋਇਆ ਐਕਸੀਡੈਂਟ ਹੋਏਗਾ? ਉਸਕੇ ਕਿਤਨੇ ਬੱਚੇ ਹੈ? ਜਿਹੜੇ ਕਿਆ ਨਾਮ ਹੈ ਉਸਕਾ? ਮ੍ਰਿਤਕ ਕਿਆ ਕਿਆ ਨਾਮ? ਕਿਆ ਨਾਮ ਹੈ ਉਸਕਾ? ਕਹਾਂ ਪੇ ਐਕਸੀਡੈਂਟ ਹੋਇਆ? ਜਿਹਦੇ ਐਕਸੀਡੈਂਟ ਹੋਇਆ ਤੁਹਾਨੂੰ ਇਨਫੋਰਮੇਸ਼ਨ ਕਿੱਧਰੋਂ ਆਈ ਸੀ? ਮੈਮ ਸਰ, ਸਾਨੂੰ ਇੱਕ ਲੋਕਲ ਇਸ ਪਰਸਨ ਤੋਂ ਇੰਟੀਮੇਸ਼ਨ ਆਈ ਸੀ ਕਿ ਕੋਈ ਐਕਸੀਡੈਂਟ ਹੋਇਆ ਪਿਆ, ਦੋ ਪਰਸਨ ਸੀਗੇ। ਇਹਦੇ 'ਚ ਇੱਕ ਜਿਹੜਾ ਔਨ ਦਾ ਸਪੋਟ ਪੱਪੂ ਕੁਮਾਰ ਯਾਦਵ, ਸਨ ਆਫ ਜੋਗਿੰਦਰ ਯਾਦਵ ਹੈ, ਜੋ ਕਿ ਇੱਥੇ ਬਾਬਾ ਬਹਾਦਰ ਸਿੰਘ ਕਲੋਨੀ 'ਚ ਰਹਿੰਦਾ ਸੀ, ਜਿਹਦੀ ਔਨ ਦਾ ਸਪੋਟ ਡੈਥ ਹੋ ਚੁੱਕੀ ਹੈ। ਜਿਹੜਾ ਦੂਸਰਾ ਪਰਸਨ ਹੈ ਉਹ 17 ਸਾਲ ਦਾ ਇੱਕ ਬੱਚਾ ਆ, ਜੰਮੂਵਲ ਹੈ, ਸਨ ਆਫ ਸ਼ਮਸ਼ਾਦ, ਉਹ ਖੁਸਰੋਪੁਰ ਦਾ ਰਹਿਣ ਵਾਲਾ, ਜਿਹਦੀ ਜਿਹੜਾ ਕਿ ਅਜੇ ਜੋਹਲ ਹੋਸਪਿਟਲ ਐਡਮਿਟ ਹੈ। ਮੈਡਮ, ਜਿਹੜਾ ਟਰੱਕ ਡਰਾਈਵਰ ਉਹ ਕਿਤੇ ਫਰਾਰ ਹੋ ਗਿਆ ਜੀ? ਹਾਂਜੀ ਹਾਂਜੀ, ਮੌਕੇ ਤੋਂ ਫਰਾਰ ਸੀਗਾ, ਉਹਦਾ ਕੋਈ ਨੰਬਰ ਨਹੀਂ, ਕੁਛ ਨਹੀਂ, ਟਿੱਪਰ ਟਾਈਪ ਹੈਗਾ। ਮੌਕੇ ਦੇ ਆ ਕੇ ਤੁਸੀਂ ਇਨਕੁਆਇਰੀ ਜਿਹੜੀ ਕਿ ਉਹ ਜਿਹੜਾ ਬਜਟ ਡੈਡ ਬੋਡੀ ਤੁਸੀਂ ਆਪਣੇ ਕਵਰ 'ਚ ਲੈ ਲਈ? ਜੀ ਜੀ ਸਰ, ਉਹਨੂੰ ਕਰਵਾ ਦਿੱਤਾ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ। ਜੀ ਸਰ ਜੀ। ਜਲੰਧਰ ਤੋਂ ਪੱਤਰਕਾਰ ਸੰਦੀਪ ਕੋਲ ਦੀ ਰਿਪੋਰਟ।